بسم اللہ الرحمن الرحیم السلام علیکم دوستو کی حال چال ہیں میں ہوں ਤੁਹਾਡਾ میزبان محمد جوید جویات ਤੇ ਤੁਸੀਂ دیکھ رہے ہو پیارا پنجاب ٹی وی اپنے چینل ਨੂੰ لائک کرو شیئر کرو اور سبسکرائب کرو اور بیل ائیکنز مارو ہاتھ تاکہ آنے والی ہر ویڈیو کا نوٹیفیکیشن دوستاں ویرا پراوا تک باآسانی پہنچے دوستو ویرا پراوا جویں کہ ਤੁਹਾਨੂੰ ਪਤਾ ਹੈ ਪਿਆਰਾ پنجاب ٹی وی ਤੁਹਾਡੇ واسطے انمول ਤੋਹਫੇ ਲੈ ਕੇ ਆਉਂਦਾ ਹੈ ਇਸੇ ਤਰੀਕੇ ਨਾਲ ਪ्योर نیلی دی شہزادی چوٹی لے کے آئے ہیں ਹਰ ਬੰਦੇ ਨੇ ਮਾਸ਼ਾਅੱਲਾ ਪੜਨੀ ਹੈ ਤਾਂ ਸਾਡੇ ਦੋਸਤਾਂ ਵੀਰਾਂ ਭਰਾਵਾਂ ਵਾਸਤੇ ਗੁਜ਼ਾਰਸ਼ ਹੈ ਵੀਡੀਓ ਨੂੰ ਅਵਲ ਤੋਂ ਲੈ ਕੇ ਐਂਡ ਤੱਕ ਸੁਣਨਾ ਹੈ ਤਾਂ ਕਿ ਡੰਗਰ ਦੀ ਸਾਰੀ ਡਿਟੇਲ ਦਾ ਪਤਾ ਲੱਗੇ ਜਿਨ੍ਹਾਂ ਦੋਸਤਾਂ ਵੀਰਾਂ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵਾਸਤੇ ਖਸੂਸੀ ਦਰਹਾਸ ਹੈ ਕਿ ਆਪਣਾ ਚੈਨਲ ਪਿਆਰਾ ਪਿਆਬ ਟੀਵੀ ਇਹਨੂੰ ਸਬਸਕ੍ਰਾਈਬ ਕਰਨਾ ਹੈ ਲਾਇਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਬੈਲ ਆਈਕਨ ਜ਼ਮਾਨਾ ਹੱਥ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਦੋਸਤਾਂ ਵੀਰਾਂ ਭਰਾਵਾਂ ਤੱਕ ਬਾ ਆਸਾਨੀ ਪਹੁੰਚੇ ਹਰ ਬੰਦੇ ਨੇ 마ਸ਼ਾਅੱਲਾ ਪੜਨੀ ਹੈ 마ਸ਼ਾਅੱਲਾ ਬਰੀਕ ਬੂਤੀਏ ਪਾਵੇਂ ਗਲਾਸ ਚ ਪਾਣੀ ਪਿਆ ਲਓ ਤੇ ਕਾਲੀਆਂ ਸ਼ਾਖਾਂ ਨੇ ਛੱਛਾ ਜਿੱਡਾ ਕੰਨ ਨੇ ਮੱਥੇ ਤੇ ਹੈਗੀ ਇਹ ਬੱਲੇ ਤੇ 마ਸ਼ਾਅੱਲਾ ਹਰ ਬੰਦੇ ਨੇ ਪੜਨੀ ਹੈ ਦੋ ਤੋਂ 2 ਫੁੱਟ ਤੋਂ ਲੰਮੀ ਗਰਦਨ ਹੈ ਮੁੰਦਰੀ ਤਰ੍ਹਾਂ ਸਿੰਘ ਮੋੜ ਕੇ ਮੱਥੇ ਤੇ ਰੱਖੀ ਖੜੀ ਹੈ ਤੇ ਕਿਨਾਰੇ ਵਾਲੇ ਸਿੰਘ ਨੇ ਹਰ ਚੀਜ਼ ਕੈਮਰਾ ਦੀ ਨਜ਼ਰ ਹੈ ਮਾਸ਼ਾਅੱਲਾ ਹਰ ਬੰਦੇ ਨੇ ਪੜਨੀ ਚੰਗੇ ਕਦਾ ਕਾਠਾਂ ਵਾਲੀ ਝੋਟੀ ਹੈ ਤੁੰਨੀ ਕੋੜੀ ਤੋਂ ਬਿਲਕੁਲ ਪਾਕ ਹੈ ਕੋੜੇ ਦੇ ਸੁਮਾਰਾਂਗੇ ਪੈ ਨੇ ਮੁੱਠ ਮੁੱਠ ਦਾ ਥਾਣਾ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਬ੍ਰੇਕ ਪੂਸ਼ ਹੈ ਭਾਵੇਂ ਵਲੇਟ ਕੇ ਜੇਬ ਚ ਪਾ ਲੋ ਪੂਰੇ ਖੂਨ ਜ ਰਤ ਪੈ ਤੇ ਚ ਪੂਰੀ ਹੈ ਤੇ ਮਾਸ਼ਾਅੱਲਾ ਸ਼ਹਿਜ਼ਾਹ ਡਾਲੇ ਚ ਨਦੀਜਨ ਵਾਲੀ ਕੱਲੀ ਝੋਟੀ ਤੇ ਵਾਨੇ ਦੇ ਦੋਵਾਂ ਸਾਈਡਾਂ ਤੇ ਚੀਂਦਨ ਸ਼ਾਨ ਬਣਿਆ ਆ ਪਿਛਲੇ ਘਰ ਥੋੜਾ ਜਿਹਾ ਧੋਤਿਆ ਨੇ ਤੋਰ ਪਾਈ ਤੇ ਮਾਸ਼ਾਅੱਲਾ ਹਰ ਬੰਦੇ ਨੇ ਪੜਨੀ ਹੈ ਮਾਸ਼ਾਅੱਲਾ ਚਾਰ ਚਫੇਰੇ ਚੀਨ ਦਾ ਨਿਸ਼ਾਨ ਬਣਿਆ ਹੈ ਕੈਮਰਾਮੈਨ ਤਸਲੀਆਂ ਖਰਾ ਦੇ ਚੱਲਦੀ ਫਿਰਦੀ ਛੋਟੀ ਨਜ਼ਰ ਆਉਣੀ ਚਾਹੀਦੀ ਸਾਡੇ ਦੋ ਤੋਰੇ ਤੋਰ ਸਾਡੇ ਦੋਸਤ ਵੀਰਪਰਾ ਇਹ ਨਾ ਕਹਿਣਾ ਇਹਦੇ ਪੈਰ ਚ ਕੰਡਾ ਹੈ ਯਾ ਇਹ ਲੰਗਾ ਕਰਦੀ ਹੈ ਛੋਟੀ ਜੀ ਵਖੀ ਹੈ ਹੱਥ ਰੱਖਿਆ ਵਖੀ ਲੁਕਦੀ ਹੈ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਅੱਗੋ ਬ੍ਰੇਕ ਹੈ ਪਿਛੋ ਮਾ ਚੋੜੀ ਐ ਪਿਓ ਨੀਲੇ ਦੀ ਸ਼ਹਜ਼ਾਦੀ ਝੋਟੀ ਐ ਤੇ ਬਾਕੀ ਲੈਣੇ ਦੇਣੇ ਹੁੰਦੇ ਆਸਤਾ ਆਸਤਾ ਤੋਰਨਾ ਲੈਣੇ ਦੇਣੇ ਹੁੰਦੇ ਨੇ ਮੁਕੱਦਰ ਲੈਣੀ ਸਾਡੇ ਹਸਵੀਰ ਨੇ ਜਿੰਦਿਆਂ ਹੀ ਮੁਕੱਦਰਾ ਚ ਪਾਏ ਐਨ ਤੋਰਿਆ ਚੱਲਦੇ ਫਿਰਦੇ ਝੋਟੀ ਨਜ਼ਰ ਆਉਣੀ ਚਾਹੀਦੀ ਐ ਕੋੜੀ ਤੇ ਵੀ ਚੀਂਦਾ ਨਿਸ਼ਾਨ ਬਣਿਆ ਆ ਹਰ ਚੀਜ਼ ਕੈਮਰੇ ਦੀ ਨਜ਼ਰ ਐ ਆਸਤਾ ਆਸਤਾ ਤੇ ਮਾਸ਼ਾਅੱਲਾ ਵਾਨੇ ਦੀਆਂ ਮੁਸ਼ਕਿਲਾਂ ਆਏ ਖੜੀਆਂ ਐ ਮੋਠ ਮੋਠ ਪਾਥਾਨੇ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਤੇ ਕੈਮਰਾਮੈਨ ਤਸੱਲੀਆਂ ਕਰਾ ਦੇ ਸਿਰਫ ਕੈਮਰੇ ਤੋਂ ਡਰਦੀ ਹੈ ਤੇ ਹਰ ਚੀਜ਼ ਦੋਸਤਾਂ ਵੀਰਾਂ ਭਰਾਵਾਂ ਦੇ ਸਾਹਮਣੇ ਆ ਤੇ ਬਾਕੀ ਲੈਣ ਦੇਣ ਹੁੰਦੇ ਨੇ ਮੁਕੱਦਰ ਲੈਣੀ ਸਾਡੇ ਉਸ ਵੀਰ ਨੇ ਜਿੰਦੇ ਹੋਏ ਮੁਕੱਦਰਾਂ ਚ ਟੁੱਟੀ ਇੱਕ ਵਾਰ ਰੋਗ ਸਹੀ ਚਲੋ ਤੁੰਨੇ ਕਹੋਈ ਤਾਂ ਬਿਲਕੁਲ ਪਾਕ ਆਹੀ ਹੈ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਤੇ ਕੈਮਰਾਮੈਨ ਤਸੱਲੀਆਂ ਕਰਾ ਦੇ ਮੋਠ ਮੋਠ ਪਾਥਾਨੇ ਮਸ਼ਕਾਂ ਲਾਉਂਦੇ ਆਂਦੇ ਹਰ ਚੀਜ਼ ਕੈਮਰੇ ਦੀ ਨਜ਼ਰ ਹੈਗੀ ਹੈ ਬੜਾ ਪਾਵਰ ਵਾਲਾ ਥਣ ਹੈ ਤੇ ਚਾਰ ਸਫੇਰ ਚਵਾਨੇ ਦੇ ਚੀਨ ਬਣਿਆ ਹੋਇਆ ਹੁਣ ਬਾਕੀ ਜਿਹੜੀਆਂ ਗੱਲਾਂ ਨੇ ਉਹ ਕਰਨੇ ਆ ਮਾਲਕ ਦੇ ਨਾਲ ਅਸਲਾਮ ਅਲੈਕਮ ਜੀ ਕੀ ਨਾਮ ਹੈ ਆਪਣਾ ਖਲੀਲ ਗੁਜਰ ਅੱਛਾ ਜੀ ਗੁਜਰ ਮਾਸ਼ਾਅੱਲਾ ਮਜਾ ਦੇ ਸ਼ਕੀਨ ਹੁੰਦੇ ਨੇ ਹਾਂਜੀ ਅੱਛਾ ਜੀ ਖਲੀਲ ਗੁਜਰ ਅੱਛਾ ਭਾਈ ਇਹ ਜਿਹੜੀ ਛੋਟੀ ਕੈਮਰਾਮੈਨ ਦਹਾਂ ਦਾ ਪਿਆ ਇਹ ਕਿਸ ਨਸਲ ਦਾ ਦੀ ਏ ਮੱਲੂ ਮੋਰ ਦੀ ਏ ਰਾਵੀ ਦੀ ਏ ਨੀਲੀ ਦੀ ਏ ਕਿਹੜੇ ਇਲਾਕੇ ਦੀ ਨੀਲੀ ਦੀ ਪਿਓ ਨੀਲੀ ਦੀ ਆ ਥਾੜ ਚ ਰਹਨੇ ਅਸੀਂ ਆ ਅੱਛਾ ਜੀ ਪਿਓ ਨੀਲੀ ਦੀ ਏ ਤੇ ਨੀਲੀ ਦਾ ਹੀ ਇਲਾਕਾ ਹੈ ਨੀਲੀ ਦਾ ਹੀ ਇਲਾਕਾ ਅੱਛਾ ਜੀ ਭਾਈ ਤੇ ਇਹ ਛੋਟੀ ਭਾਈ ਆਪਣੇ ਘਰ ਦੀ ਹੀ ਆ ਵਪਾਰ ਦੀ ਘਰ ਦੀ ਅੱਛਾ ਇਹ ਘਰ ਦੀ ਏ ਤੇ ਭਾਈ ਇਸ ਵਕਤ ਕਿੰਨਾ ਵਾਰਾ ਸੂਈ ਸੂਈ ਹੈ ਜਾਂ ਸੂਣ ਵਾਲੀ ਦੂਜਾ ਸਵਾ ਸੂਣਾ ਅੱਛਾ ਜੀ ਦੂਜਾ ਇਹਨੇ ਵਾਰਾ ਸੁਣਾ ਤੇ ਭਾਈ ਇਸ ਟਾਈਮ ਇਹ ਕਿੰਨੇ ਦਿਨ ਲੱਗ ਜਾਈ ਨਹੀਂ 8-10 ਦਿਨ ਅੱਛਾ ਜੀ 8 ਤੋਂ 10 ਦਿਨ ਲੈ ਜਾਏਗੀ ਤੇ ਭਾਈ ਇਹ ਵਾਨਾ ਇਹ ਤੋਂ ਹੋਰ ਜ਼ਿਆਦਾ ਕਰੇਗੀ ਅੱਛਾ ਜੀ ਬਹੁਤ ਜ਼ਿਆਦਾ ਕਰਦੀ ਹੈ ਚਲੋ ਬੰਨ ਲਾ ਬੰਦ ਹੋ ਜਾਂਦੀ ਕੈਮਰੇ ਤੋਂ ਚਲਦੀ ਫਿਰਦੀ ਸਾਡੇ ਦੋਸਤ ਵੀਰਾ ਭਰਾਵਾਂ ਨੇ ਵੇਖ ਲਈ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਗੱਲਾਂ ਬਾਤਾਂ ਮਾਲਕ ਦੇ ਨਾਲ ਹੋਈ ਜਾਂਦੀਆਂ ਅੱਛਾ ਭਾਜੀ ਇਹ ਕਿੰਨੇ ਦਿਨ ਲੈ ਜਾਏਗੀ ਹੋਰ 8 ਤੋਂ 10 ਦਿਨ ਅੱਛਾ ਜੀ 8 ਤੋਂ 10 ਦਿਨ ਲੈ ਜਾਏਗੀ ਤੇ ਹਵਾਨਾ ਇਹ ਤੋਂ ਜ਼ਿਆਦਾ ਹੋਰ ਕਰਿਆਗੇ ਬੜਾ ਕਰਦੀ ਹਵਾਨਾ ਅੱਛਾ ਜੀ ਇਹ ਤੋਂ ਜ਼ਿਆਦਾ ਸੂ ਵਾਲਾ ਡੋਡਾ ਚੱਕ ਜਾਏ ਬੈਠੇ ਉੱਠ ਨਹੀਂ ਹੁੰਦਾ ਇਹਨਾਂ ਬਲਵਾਨਾ ਕਰਦੀ ਅਸੀਂ ਗੱਪਾਂ ਤਾਂ ਨਹੀਂ ਮਾਰਦੇ ਆਹ ਸਹੀ ਹੈ ਜੀ ਗੱਲ ਪੱਕੀ ਸੱਚੀ ਹੋਣੀ ਚਾਹੀਦੀ ਚੋਈ ਪੀਤੀ ਹੈ ਅੱਛਾ ਜੀ ਚੋਈ ਹੋਈ ਹੈ ਪਿਛਲੇ ਸੂਏ ਅੱਛਾ ਕਿੰਨਾ ਦੋਦ ਕਰਦੇ ਪਿਛਲੇ ਸੂਏ ਭਾਈ ਪਿਛਲੇ ਸੂਏ ਕਰਦੇ ਰਿ 11 ਤੋਂ 14 ਕਿਲੋ ਕੀ ਹੋਂ ਤਾਂ ਗੀ ਗੱਬਣ ਜਿਹੜਾ ਸਾਡਾ ਦੋਸਤ ਵੀਰ ਪਰਾ ਪਸੰਦ ਕਰੇਗਾ ਉਹ ਭਾਵੇਂ ਚੁਆ ਕੇ ਲੈ ਜਾਵੇ ਉਹਨਾਂ ਦਾ ਫੁੱਲ ਗਰੰਟੀਆਂ ਹੁੰਦੀਆਂ ਆਪਿਆ ਨਾ ਬੋਲ ਤਰ੍ਹਾਂ ਕਹਦੀ ਨਾ 20 ਕਿਲੋ ਹੈ ਸਹੀ ਹੈ 2 ਕਿਲੋ ਲੀਗਾ ਹੈਗਾ ਜੀ ਜੀ 13 ਤੋਂ 14 ਕਿਲੋ ਦੁੱਧ ਚਾਹੁੰਦੇ ਰਹੇ ਆ ਅੱਛਾ ਜੀ ਇਹ ਪਹਿਲਾਂ ਦਾ 13 ਤੋਂ 14 ਕਿਲੋ ਦੁੱਧ ਚਾਹੁੰਦੇ ਰਹੇ ਆ ਆ ਗੜਬੀਆਂ ਲਾ ਕੇ ਅੱਛਾ ਜੀ ਮੂੰਹ ਕਿਵੇਂ ਹੈ ਜੀ ਮੂੰਹ ਚੋਗੀ ਅੱਛਾ ਜੀ ਮੂੰਹ ਚੋਗੀ ਜਵਾਨ ਹੈ ਅੱਛਾ ਫੁੱਲ ਜਵਾਨ ਹੈ ਤੇ ਅੱਛਾ ਭਾਜੀ ਇਹਦਾ ਥਣਾ ਦਾ ਛੱਟਾ ਵਾਦਾ ਪੋਰਾ ਪੋਰਾ ਅੱਛਾ ਜੀ ਸੋ ਤੁਹਾਡੀ ਗਰੰਟੀ ਹੋਣੀ ਹੈ ਸਾਡੀ ਗਰੰਟੀ ਹੋਵੇਗੀ ਹਾਂ ਜੀ ਫੁੱਲ ਗਰੰਟੀ ਹੋਵੇਗੀ ਜਿਹੜਾ ਸਾਡਾ ਕੋਈ ਦੋਸਤ ਵੀਰ ਭਰਾ ਇਹਦਾ ਇਹ ਗੱਬਣ ਹੀ ਹੈ ਇਹਦਾ ਬਿਆਨਾ ਕਰਕੇ ਠਾਲ ਦਿੰਦਾ ਹੈ ਤੇ ਸਰਕਾਰ ਉਹ ਜਦੋਂ ਲਿਜਾਵੇਗਾ ਜਿੰਨੋਂ ਬਿਆਨ ਕਰੇਗਾ ਉਹਦਾ ਬਿਆਨ ਸਰਕਾਰ ਕੋਈ ਵਾਦਾ ਘਾਟਾ ਹੋਵੇ ਅੱਲਾ ਨਾ ਕਰੇ ਤੇ ਉਹ ਤੁਹਾਨੂੰ ਵਾਪਸ ਕਰਨਾ ਪਵੇਗਾ ਬੇਸ਼ੱਕ ਹਾਂਜੀ ਤੇ ਇਹਦਾ ਹੁਣ ਨਾ ਪਿਆਰ ਮੁਹੱਬਤ ਵਾਲੇ ਸਾਨੂੰ ਡਿਮਾਂਡ ਦੱਸ ਰਹੀ ਹੈ ਤੇ ਨਾਲੇ ਐਸ ਕੀ ਦੁੱਧ ਕਿੰਨਾ ਕਰ ਜਾਏਗੀ ਤੇ 1400 ਰੁਪਏ ਕਰ ਦਿੱਤੀ ਦੋ ਦੇਖੋ ਨਾ ਜੀ ਅਸੀਂ ਗਾਰੰਟੀ ਨਹੀਂ ਦੇ ਸਕਦੇ ਵੀ ਇਹ 4 ਮਾਣ ਕਰ ਜਾਏਗੀ ਜਾਂ 20 ਕਿਲੋ ਕਰ ਜਾਏਗੀ ਜੀ ਜੀ 13 14 ਕਿਲੋ ਤਾਂ ਅਸੀਂ ਚੋਇਆ ਹੋਇਆ ਦਾ ਅੱਛੇ ਪਹਿਲਾਂ ਦਾ ਚੋਇਆ ਆ ਪਹਿਲਾਂ ਦਾ ਚੋਇਆ ਆ ਅੱਛਾ ਜੀ ਤੇ ਬਾਕੀ ਅਸੀਂ ਇਹ ਜੀ ਕਹਦੇ ਹੁੰਦੇ ਸਾਈਂ ਜੀ ਦਾ ਹੋਵੇ ਨਾ ਹਾਂਜੀ ਹਾਂਜੀ ਬਿਲਕੁਲ ਅੱਖਾਂ ਚੋਂ ਦੁੱਧ ਕਿਡ ਚੋੜ ਲੈਂਦਾ ਆ ਬਿਲਕੁਲ ਐਵੇਂ ਜੇ ਹੁਣ ਸਾਈਂ ਨੂੰ ਪਾਣਾ ਹੀ ਕੁਛ ਨਹੀਂ ਆ ਤਾਂ ਫਿਰ ਉਹਨੇ ਉਹ ਨਹੀਂ ਦੇਣਾ ਪੱਠੇ ਸਾਡੀ ਆ ਗਈ ਸਾਡਾ ਦੇ ਬਾਬੂ ਜੀ ਦਾ ਦਾਦਾ ਦਾ ਕੰਮ ਹੈ ਅਸੀਂ ਕਿਹੜਾ ਵੀ ਇਹ ਨਵਾਂ ਕੰਮ ਕਰਦੇ ਹਾਂ ਆ ਸਹੀ ਹੈ ਬਿਲਕੁਲ ਜੀ ਅਸੀਂ ਸ਼ੁਰੂ ਤੇ ਸਾਡੇ ਬਾਬੇ ਦਾਦੇ ਰੱਖਦੇ ਰਹੇ ਸਾਨੂੰ ਮਾਈ ਦੀ ਪਰਖ ਵੀ ਹੈ ਜੀ ਜੀ ਬਿਲਕੁਲ ਸਹੀ ਇਹ ਨਹੀਂ ਮਸਨਵੀ ਆ ਗੰਦੀਆਂ ਮੰਦੀਆਂ ਨਹੀਂ ਰੱਖੀਆਂ ਅੱਛਾ ਜੀ ਚੰਗਾ ਡੰਗਾ ਰੱਖਦੇ ਜੀ ਅੱਛਾ ਭਾਜੀ ਹੁਣ ਦਾ ਨਾ ਪਿਆਰ ਮੁਹੱਬਤ ਆਲਾ ਮੁੱਲ ਸੰਦਸਣਾ ਸਾਡੇ ਦੋਸਤ ਵੀਰ ਪਰਾ ਡਰਾਉਣੇ ਨਹੀਂ ਯਾਰ ਮੁੱਲ ਤੇ ਅ ਨਹੀਂ ਨਾ ਬਥੇਰਾ ਡਰਾਵ ਨੇ ਨਹੀਂ ਨਾ ਪਾਜੀ ਪੁਰਾਣੇ ਨਹੀਂ ਤੇ ਪੱਕਾ ਪੱਕਾ ਮੁੱਲ 3 ਲੱਖ ਰੁਪਏ ਅੱਛਾ ਜੀ 3 ਲੱਖ ਰੁਪਏ ਇਹਦੀ ਡਿਮਾਂਡ ਹੈ ਤੇ ਪਾਜੋ ਮੈਂ ਵੀ ਐਡੀ ਦੂਰੋਂ ਚੱਲ ਕੇ ਆਇਆ ਇਹਦੇ ਚ ਪਿਆਰ ਮੁਹੱਬਤ ਕੀ ਹੋਵੇਗੀ ਜਿਹੜਾ ਸਾਡਾ ਦੋਸਤ ਵੀ ਭਰਾ ਮੌਕੇ ਤੇ ਆਵੇਗਾ ਉਹਦੇ ਵਾਸਤੇ ਕੀ ਹੋਵੇਗੀ ਯਾਰ ਪਿਆਰ ਮੁਹੱਬਤ ਦੇਖ ਕੇ ਜੋ ਮਹਿਮਾਨ ਆਵੇ ਬੰਦੇ ਕੋਲ ਉਹਦੀ ਮਹਿਮਾਨ ਨਵਾਜ਼ੀ ਕਰਨੀ ਚਾਹੀਦੀ ਹੈ ਕਿ ਨਹੀਂ ਮਹਿਮਾਨ ਨਵਾਜ਼ ਅਸੀਂ ਖੁਦ ਹੈਗੇ ਆ ਅੱਗੇ ਜੀ ਜੀ ਮਾਸ਼ਾਅੱਲਾ ਬੜੀ ਗੱਲ ਹੈ ਤੇ ਕੋਈ ਪਿਆਰ ਮੁਹੱਬਤ ਪਿਆਰ ਮੁਹੱਬਤ ਯਾਰ ਦੇਖੋ ਨਾ ਅਸੀਂ ਉਹਨਾਂ ਨੂੰ ਕਿਰਾਇਆ ਪਾਇਆ ਪੜਾ ਛੱਡ ਸਕਦੇ ਹਾਂ ਕਿਰਾਇਆ ਪਾਇਆ ਉਹ ਤਾਂ ਮਾਸ਼ਾਅੱਲਾ ਬੜੀ ਚੰਗੀ ਗੱਲ ਹੋ ਗਈ ਸਾਡਾ ਕੋਈ ਦੋਸਤ ਵੀਰ ਪਰਾ ਸਿਆਲਕੋਟ ਦਾ اسلام آباد ਆਂਦਾ ਵੀ 25 ਹਜ਼ਾਰ ਕਿਰਾਇਆ ਤੇ ਉਹ ਛੱਡ ਸਕਦੇ ਜੇ ਨਹੀਂ ਉਹ ਤਾਂ ਨਹੀਂ ਮੁਸ਼ਕਿਲ ਹੈ ਬਾਕੀ ਜਿਹੜੀ ਅਸੀਂ ਗੱਲ ਦੱਸਾਂ ਕੀ ਅਸੀਂ ਪੱਕੇ ਮੁੱਲ ਕੀਤਾ ਅਸੀਂ ਉਹ ਨਹੀਂ ਵੀ ਮਸਲੇ ਵੀ ਮੰਗ ਲੋ 4 ਲੱਖ ਦਾ ਫਿਰ 3 ਲੱਖ ਦੇ ਦਿਓ ਜੀ ਤਾਈ ਜਰ ਮੇਰੇ ਜੀ ਅੱਜ ਪੱਕਾ ਜਾਂ ਰੇਟ ਕੀਤਾ ਚਲੋ ਪੱਕੇ ਰੇਟ ਚ ਹੋਈ ਅਸੀਂ ਤੁਹਾਡੇ ਵਾਸਤੇ ਸਾਡੇ ਗੁਜ਼ਾਰਿਸ਼ ਹੈ ਵੀ ਪੱਕੇ ਰੇਟ ਚ ਪਿਆਰ ਮੁਹੱਬਤ ਕਰੋ ਪਿਆਰ ਮੁਹੱਬਤ ਇਹੀ ਹੈ ਵੀ 10000 ਛੱਡ ਦਿਆਂ ਅੱਛਾ ਜੀ 10000 ਪਿਆਰ ਮੁਹੱਬਤ ਹੋਵੇਗਾ ਤੇ ਬਾਕੀ ਦਾ ਫਾਈਨਲ ਰੇਟ ਜਿਹੜਾ 290000 ਰੁਪਿਆ ਇਹਦਾ ਫਾਈਨਲ ਰੇਟ ਰਹਿ ਗਿਆ ਜਿਸ ਸਾਡੇ ਦੋਸਤ ਵੀਰ ਭਰਾ ਨੂੰ ਇਹ ਪਿਓਰ ਨੀਲੀ ਦੀ ਸ਼ਹਿਜ਼ਾਦੀ ਛੋਟੀ ਚਾਹੀਦੀ ਹੈ ਉਹ ਆਪਣੇ ਨਾਲ ਰਾਬਤਾ ਕਰ ਸਕਦਾ ਹੈ ਮੁਹੱਬਤਾਂ ਵਿੱਚ ਫੋਲੋ ਬੰਦੀਆਂ ਉਹ ਆਪਣੇ ਨਾਲ ਰਾਬਤਾ ਕਰ ਸਕਦਾ ਹੈ ਆਪਣਾ WhatsApp ਨੰਬਰ ਹੈਗਾ 0300 ਪੂਰਾ 4270285 ਇਹੋ ਆਪਣਾ ਇਮੋ ਨੰਬਰ ਹੈ ਮਿਲਾਂਗੇ ਇੱਕ ਬਿਹਤਰੀਨ ਵੀਡੀਓ ਨਾਲ ਮਾਨੇ ਨਹਰਾ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਜ਼ਿੰਦਾਬਾਦ